ਸਤਲੁਜ ਦਰਿਆ ਦੇ ਵਿੱਚ ਮਾਮਾ ਅਤੇ ਭਾਣਜਾ ਦੋਵੇਂ ਲਾਪਤਾ ਹੋ ਗਏ ਨੇ। ਦਰਅਸਲ ਸਤਲੁਜ ਦਰਿਆ ਦੇ ਕਿਨਾਰੇ 'ਤੇ ਬਣੇ ਇੱਕ ਧਾਰਮਿਕ ਸਥਾਨ 'ਤੇ ਦੋਵੇਂ ਹੀ ਮੱਥਾ ਟੇਕਣ ਦੇ ਲਈ ਗਏ ਸੀ, ਪਰ ਜਦੋਂ ਵਾਪਸੀ ਕਰ ਰਹੇ ਸੀ ਤਾਂ ਭਾਣਜੇ ਦੇ ਵੱਲੋਂ ਜਿੱਦ ਕੀਤੀ ਜਾਂਦੀ ਹੈ ਕਿ ਉਸਨੇ ਦਰਿਆ ਦੇ ਵਿੱਚ ਨਹਾਉਣਾ, ਤਾਂ ਜਿਸ ਤੋਂ ਬਾਅਦ ਉਹ ਨਹਾਉਣ ਦੇ ਲਈ ਜਦੋਂ ਦਰਿਆ ਦੇ ਵਿੱਚ ਉਤਰਦਾ, ਪਾਣੀ ਦਾ ਵਹਾਅ ਕਾਫ਼ੀ ਤੇਜ਼ ਹੋ ਜਾਂਦਾ, ਜਿਸ 'ਚ ਜੋ ਭਾਣਜਾ ਉਹ ਵਹਿਣ ਲੱਗਦਾ, ਰੁੜਨ ਲੱਗਦਾ, ਤਾਂ ਅਚਾਨਕ ਹੀ ਮਾਮਾ ਉਸਨੂੰ ਜਦੋਂ ਦੇਖ ਲੈਂਦਾ ਤਾਂ ਉਸਨੂੰ ਬਚਾਉਣ ਦੇ ਲਈ ਮਾਮਾ ਵੀ ਦਰਿਆ ਦੇ ਵਿੱਚ ਛਾਲ ਮਾਰ ਦਿੰਦਾ, ਜਿਸ ਤੋਂ ਬਾਅਦ ਦੋਵੇਂ ਹੀ ਹੁਣ ਲਾਪਤਾ ਹੋ ਗਏ ਨੇ। ਉੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਗੋਤਾਖੋਰਾਂ ਦੀ ਟੀਮ ਦੇ ਨਾਲ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਅੱਜ ਤੀਜਾ ਦਿਨ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਲਾਪਤਾ ਹੋਇਆਂ ਨੂੰ, ਅਤੇ ਹਾਲੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਮਾਮੇ ਦੀ ਉਮਰ 34 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦਕਿ ਭਾਣਜਾ 14 ਸਾਲਾਂ ਦਾ, ਤਾਂ ਦੋਵੇਂ ਇਕੱਠੇ ਹੀ ਹੋ ਕੇ ਇਸ ਧਾਰਮਿਕ ਸਥਾਨ ਦੇ ਉੱਤੇ ਨਤਮਸਤਕ ਹੋਣ ਦੇ ਲਈ ਆਏ ਸੀ, ਪਰ ਜਦੋਂ ਜਾਣ ਲੱਗੇ ਤਾਂ ਅਚਾਨਕ ਹੀ ਭਾਣਜਾ ਸਤਲੁਜ ਦਰਿਆ ਦੇ ਵਿੱਚ ਨਹਾਉਣ ਦੇ ਲਈ ਵੜ ਜਾਂਦਾ, ਅਤੇ ਜਿਵੇਂ ਹੀ ਉਹ ਵੜਦਾ ਤਾਂ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ, ਜਿਸ 'ਚ ਉਹ ਰੁੜਨ ਲੱਗਦਾ, ਤਾਂ ਭਾਣਜੇ ਨੂੰ ਰੁੜਦਾ ਦੇਖ ਕੇ ਮਾਮਾ ਵੀ ਤੁਰੰਤ ਉਸਨੂੰ ਬਚਾਉਣ ਦੇ ਲਈ ਛਾਲ ਮਾਰ ਦਿੰਦਾ, ਜਿਸ ਤੋਂ ਬਾਅਦ ਦੋਵੇਂ ਹੀ ਦਰਿਆ 'ਚ ਲਾਪਤਾ ਹੋ ਜਾਂਦੇ ਨੇ। ਦੱਸ ਦਈਏ ਕਿ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਜੋ ਨੌਜਵਾਨ ਨਹਾਉਣ ਦੇ ਲਈ ਦਰਿਆ ਦੇ ਵਿੱਚ ਜਾ ਰਹੇ ਨੇ ਉਹ ਅਚਾਨਕ ਹੀ ਲਾਪਤਾ ਹੋ ਜਾ ਰਹੇ ਨੇ। ਫਿਲਹਾਲ ਇਹ ਖਬਰ ਨਵਾਂਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਮਾਮਾ ਅਤੇ ਭਾਣਜਾ ਦੋਵੇਂ ਹੀ ਸਤਲੁਜ ਦਰਿਆ ਦੇ ਵਿੱਚ ਲਾਪਤਾ ਹੋ ਗਏ ਨੇ। ਫਿਲਹਾਲ ਗੋਤਾਖੋਰਾਂ ਦੀ ਟੀਮ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੀ ਨਾਮ ਹੈ ਜੀ ਤੁਹਾਡਾ? ਰਾਜ ਕੁਮਾਰ ਹੈ ਜੀ ਮੇਰਾ ਨਾਮ। ਇਹ ਜਿਹੜਾ ਹਾਦਸਾ ਹੋਇਆ ਸੀਗਾ ਕਿਹਦਾ ਸੀਗਾ ਇਹ ਹਾਦਸਾ? ਮੇਰਾ ਮੁੰਡਾ ਜੀ ਬੜਾ 14 ਸਾਲ ਦਾ ਤੇ ਮੇਰਾ ਸਾਲਾ ਜੀ। ਕੀ ਨਾਮ ਸੀ ਉਹਨਾਂ ਦਾ? ਰਮਨ ਤੇ ਅੰਸ਼ ਵਾਲੀਆ। ਇਹ ਹੋਇਆ ਕਿੱਦਾਂ ਇਹ ਜਿਹੜਾ? ਇੱਥੇ ਆਏ ਸੀ ਬਾਬਾ ਜੀ ਮੱਥਾ ਟੇਕਣ ਆਏ ਤੇ ਜੀ, ਬਸ ਉਹਨਾਂ ਦਾ ਚੱਪਲ ਨਹਾਉਣ ਵੜੇ ਜੀ, ਪੈਰ ਸਲਿਪ ਹੋ ਗਿਆ ਜੀ, ਤੇ ਮੁੰਡਾ ਮੇਰਾ ਅੱਗੇ ਚਲਾ ਗਿਆ ਉਹਨੂੰ ਬਚਾਉਣ ਦੇ ਚੱਕਰ। ਉਹਨੇ ਮੇਰੇ ਸਾਲੇ ਨੇ ਨਾਲ ਹੀ ਉਹਦੇ ਛਾਲ ਮਾਰਤੀ ਉਹਨੂੰ ਬਚਾਉਣ ਦੇ ਚੱਕਰ। ਹੁਣ 2 ਦਿਨ ਹੋ ਗਏ ਮਿਲੇ ਨਹੀਂ ਸਾਨੂੰ, ਗੌਰਮੈਂਟ ਤੋਂ ਟੀਮ ਆਈ ਹੈ ਜੀ, ਉਹ ਸਰਚ ਕਰ ਰਹੀ ਹੈ ਜੀ, ਸਾਨੂੰ ਪ੍ਰਸ਼ਾਸਨ ਵੱਲ ਤੋਂ ਮਤਲਬ ਫੁੱਲ ਸਪੋਰਟ ਮਿਲੀ ਹੈ ਜੀ। ਦੂਸਰਾ ਦਿਨ ਹੈ ਜੀ ਅੱਜ, ਤੀਸਰਾ ਦਿਨ ਹੈ ਜੀ, ਤੀਸਰਾ ਦਿਨ ਹੈ ਜੀ, 3 ਦਿਨ ਹੋ ਗਏ ਜੀ ਚੱਲ ਰਹੀ ਹੈ ਜੀ ਸਰਚਿੰਗ ਪੂਰੀ। ਕੱਲ ਆਏ ਹਾਂ ਜੀ, ਕੱਲ ਆ ਕੇ ਮੈਂ ਬਾਹਰ ਰਹਿੰਦਾ ਸੀ, ਬਾਹਰੋਂ ਆ ਕੇ ਫਿਰ ਗੱਲਬਾਤ ਕਰਕੇ ਜੀ ਸਾਨੂੰ ਅਸੀਂ DC ਤੋਂ ਤੇ ਹੁਣ ਸਾਰੇ ਨੇ ਮੈਂ ਕਵੈਤ ਤੋਂ ਆਏ ਜੀ, ਤੇ ਬੜੀ ਸਪੋਰਟ ਕੀਤੀ ਹੈ ਸਾਨੂੰ ਪ੍ਰਸ਼ਾਸਨ ਵੱਲ ਤੋਂ ਜੀ, ਹੁਣ ਤੱਕ ਸਪੋਰਟ ਮਿਲਦੀ ਰਹੀ ਹੈ ਜੀ, ਮਤਲਬ ਵਧੀਆ ਕੰਮ ਕਰਦੀ ਹੈ ਟੀਮ ਪੂਰਾ ਜੀ। ਕੱਲ ਵੀ ਉਹਨਾਂ ਨੇ ਮਤਲਬ ਪੂਰਾ ਕਰਿਆ ਤੇ ਅੱਜ ਵੀ ਸਵੇਰ ਦੇ ਉਹ ਕਰਦੇ ਪਏ ਜੀ। ਕਿੱਥੋਂ ਦੇ ਰਹਿਣ ਵਾਲੇ? ਮੈਂ ਜੀ ਖੈੜ ਤੋਂ ਹੈ ਜੀ, ਮੋਹਾਲੀ।